ਢਿੱਲੋਂ ਕਲੋਨੀ ਫੇਸ 2 ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦੇ ਨਾਲ ਦੀ ਗਲੀ ਬਰਗਾੜੀ ਰੋਡ ਕੋਟਪੁਰਾ ਜ਼ਿਲ੍ਹਾ ਫਰੀਦਕੋਟ ਵੱਲੋਂ ਅਦਾਰਾ CCP ਨਿਊ ਚੀਫ SS ਕਪੂਰ ਨੂੰ ਇੱਕ ਦਰਖਾਸਤ ਸਮੂਹ ਕਲੋਨੀ ਨਿਵਾਸੀਆਂ ਨੇ ਭੇਜੀ ਜਿਸ ਵਿੱਚ ਉਹਨਾਂ ਕਲੋਨੀ ਅਤੇ ਕਾਲਜ ਦੀ ਮੇਨ ਗਲੀ ਵਿੱਚ ਕਰੀਬ ਸਾਲ ਡੇਢ ਸਾਲ ਤੋਂ ਵਾਧੂ ਬਿਜਲੀ ਦੇ ਖੰਭੇ ਅਤੇ ਤਾਰਾਂ ਲਟਕ ਰਹੀਆਂ ਨੇ ਜੋ ਆਵਾਜਾਈ ਵਿੱਚ ਰਾਹਗੀਰਾਂ ਲਈ ਸਮੱਸਿਆ ਦਾ ਕਾਰਨ ਬਣੀਆਂ ਹੋਈਆਂ ਸਨ। ਹੁਣ ਤੱਕ ਦਿੱਤੀਆਂ ਅਤੇ ਭੇਜੀਆਂ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ 'ਤੇ ਕੋਈ ਕਾਰਵਾਈ ਆਉਣ ਵਿੱਚ ਬਿਜਲੀ ਵਿਭਾਗ ਵੱਲੋਂ ਨਹੀਂ ਲਿਆਂਦੀ ਗਈ ਸੀ, ਜਿਸ ਕਾਰਨ ਉਹਨਾਂ CCP ਨਿਊਜ਼ ਨੂੰ ਡਾਇਰੈਕਟ ਬੇਨਤੀ ਪੱਤਰ ਭੇਜਿਆ ਅਤੇ ਮੌਕਾ ਦਿਖਾਇਆ ਤਾਂ CCP ਨਿਊਜ਼ ਚੀਫ ਨੇ ਆਪਣੇ ਵਕੀਲਾਂ ਰਾਹੀਂ ਲੈਟਰ ਪੈਡ 'ਤੇ ਨਾਲ ਨੱਥੀ ਬੇਨਤੀ ਪੱਤਰ ਕਰਕੇ ਮਾਣਯੋਗ ਐਕਸ਼ਨ ਸਾਹਿਬ PS PCL ਮੁਕਤਸਰ ਰੋਡ ਕੋਟਪੁਰਾ ਜ਼ਿਲ੍ਹਾ ਫਰੀਦਕੋਟ ਜੀ ਨੂੰ ਢਿੱਲੋਂ ਕਲੋਨੀ ਵਾਸੀਆਂ ਦੀ ਸਮੱਸਿਆ ਨੂੰ ਤੁਰੰਤ ਕਾਨੂੰਨ ਅਨੁਸਾਰ ਹੱਲ ਕਰਵਾਉਣ ਦੀ ਸਿਫਾਰਿਸ਼ ਕੀਤੀ ਤਾਂ ਐਕਸ਼ਨ ਸਰਦਾਰ ਜਗਤਾਰ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਢਿੱਲੋਂ ਕਲੋਨੀ ਦੀ ਸਮੱਸਿਆ ਹੱਲ ਕਰਵਾਉਂਦੇ ਵਾਧੂ ਬਿਜਲੀ ਦੇ ਖੰਭੇ ਅਤੇ ਤਾਰਾਂ ਲਟਕ ਰਹੀਆਂ ਨੂੰ ਪਟਵਾ ਕੇ ਮੋਰਚਾ ਫਤਿਹ ਕੀਤਾ, ਜਿਸ ਕਾਰਨ ਢਿੱਲੋਂ ਕਲੋਨੀ ਨਿਵਾਸੀਆਂ ਦੀ ਸਮੱਸਿਆ ਹੱਲ ਹੋ ਗਈ ਤਾਂ ਮਾਸਟਰ ਸੁਖਚੈਨ ਸਿੰਘ, ਕਰਮ ਸਿੰਘ, ਰਾਮਚੰਦ ਸ਼ਰਮਾ, ਸਾਬਕਾ ਇੰਸਪੈਕਟਰ ਪੰਜਾਬ ਪੁਲਿਸ ਹਰਜਿੰਦਰ ਸਿੰਘ, ਅਜੈਬ ਸਿੰਘ ਆਦਿ ਨੇ CCP ਨਿਊਜ਼ ਦਾ ਅਤੇ ਐਕਸ਼ਨ ਸਾਹਿਬ ਦਾ ਸਮੇਤ ਸਟਾਫ ਦਾ ਬਹੁਤ ਬਹੁਤ ਧੰਨਵਾਦ ਕੀਤਾ। ਉਹ ਦੇਖਦੇ ਹਾਂ CCP ਨਿਊਜ਼ ਚੀਫ SS ਕਪੂਰ ਦੀ ਰਿਪੋਰਟ। ਬਾਈ ਜੀ, ਇਹ ਤਾਰ ਜਾਂਦੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਜਿਹੜੀ ਨੇ ਜੀ ਤਾਰ ਜਾਈ ਜਾਂਦੀ ਆਹ ਫਾਲਤੂ ਹੈ। ਇਹ ਤੁਸੀਂ ਲਿਖੇ ਦਿੱਤਾ ਕਿਸੇ ਨੂੰ? ਕਿਹੜੇ SD ਨੂੰ ਦਿੱਤਾ ਸੀ? ਤੁਸੀਂ ਐਕਸ਼ਨ ਸਾਹਿਬ ਨੂੰ ਦੇਣਾ ਸੀ? ਕਿੰਨੇ ਲੋਕ ਦਿੱਤੇ ਇਹਨੂੰ? 3-4 ਮਹੀਨੇ ਹੋ ਗਏ ਜੀ। ਮਾਸੀ ਕਾਪੀ ਪਈ ਹੁੰਦੀ? ਕਰਵਾਇਆ ਸੀਗਾ ਜੀ ਉਹਨਾਂ ਨੂੰ। ਹਾਂਜੀ, ਰਿਮਾਇੰਡ ਵੀ ਕਰਵਾਇਆ ਸੀਗਾ ਜੀ, ਕੋਈ ਅੱਗੇ ਐਕਸ਼ਨ ਨਹੀਂ ਹੋਇਆ ਜੀ। ਅਤੇ ਸਰ ਉਹਦੀ ਕਾਪੀ ਪਈ ਤੁਹਾਡੇ ਕੋਲ? ਕਾਪੀ ਪਈ ਆ ਜੀ। ਮੈਂ CCP ਨਿਊਜ਼ ਵੱਲੋਂ ਸਵੇਰੇ ਜਾਊਂਗਾ ਉੱਥੇ, ਮੈਨੂੰ ਕਾਪੀ ਦੇ ਦਿਓ ਸਰ। ਥੈਂਕ ਯੂ। ਅੱਜ ਮਿਊਂਸੀਪਲ ਪਾਰਕ ਕੋਟਪੁਰਾ ਵਿਖੇ ਸਾਡੇ ਸਰਦਾਰ ਜੀ, ਸਰ ਜੀ ਸਾਡਾ ਅਸੀਂ ਰਹਿੰਦੇ ਹਾਂ, ਸਾਨੂੰ ਇਹ ਦਿੱਕਤ ਆ ਜਿਹੜੀ ਇੱਕ ਤਾਂ ਜਿਹੜੀ ਗਲੀ ਭੀੜੀ ਹੈ, ਦੋਨੇ ਪਾਸੇ ਮਤਲਬ ਖੰਭੇ ਲੱਗੇ ਹੋਏ, ਇੱਕ ਪਾਸੇ ਸਪਲਾਈ ਨਹੀਂ ਚੱਲਦੀ, ਇੱਕ ਪਾਸੇ ਚੱਲਦੀ ਆ, ਉਹ ਜਿਹੜੇ ਨਹੀਂ ਸਪਲਾਈ ਚੱਲਦੀ ਉਹ ਖੰਭੇ ਪੱਟੇ ਜਾਣ, ਤਾਰਾਂ ਲੋਕੀ ਜਾਂਦੀਆਂ ਪੱਟੀਆਂ ਜਾਣ, ਖੰਭੇ ਪੱਟੇ ਜਾਣ। ਇੱਕ ਸਾਡੇ ਡੇਢ ਸਾਲ ਹੋ ਗਿਆ ਜੀ ਸੀਵਰੇਜ ਪੈ ਨੂੰ ਵਾਟਰ ਬਾਕਸ ਦੀ ਸਪਲਾਈ ਹੋਈ ਨੂੰ, ਅਤੇ ਬਾਅਦ 'ਚ ਉਹ ਮਤਲਬ ਇੰਟਰਲੋਕ ਟਾਈਲਾਂ ਨਹੀਂ ਲੱਗੀਆਂ, ਅਸੀਂ ਬੜੀ ਸਮੱਸਿਆ ਟੋਏ ਟਾਏ ਬੜੇ ਲੰਘਣ ਟੁੱਪਣ ਬੜਾ ਮੁਸ਼ਕਲ ਹੋਇਆ ਪਿਆ। ਇਹ ਐਪਲੀਕੇਸ਼ਨ ਦਿਨ ਕਿੰਨੇ ਭੇਜਿਆ ਤੁਹਾਨੂੰ? ਸੁਖਚੈਨ ਸਿੰਘ। ਸੁਖਚੈਨ ਸਿੰਘ, ਇਹ ਐਪਲੀਕੇਸ਼ਨ ਮੇਰੇ ਕੋਲ ਆਈ ਸੀ ਮਲਾ ਨਿਵਾਸੀਆਂ ਨੇ, ਮੈਂ ਗਿਆ ਸੀ ਉੱਥੇ, ਪੂਰੀ ਉਹਦੀ ਵੀਡੀਓਗ੍ਰਾਫੀ ਕੀਤੀ ਸੀ। ਔਲਰੇਡੀ ਤਾਰਾਂ ਵਾਲੀ ਗੱਲਬਾਤ ਉਹ ਅੱਜ ਵਰਕਿੰਗ ਸਟਾਰਟ ਹੋ ਗਈ, ਕੱਲ੍ਹ ਪ੍ਰੋਸੈਸ 'ਚ ਪਾ ਦਿੱਤੀ ਜੀ ਉਹ ਜਿਹੜੀ ਦੂਸਰੀ ਟਾਈਲਾਂ ਵਾਲੀ, ਉਹ ਵੀ ਉਹਦੀ ਮਿਹਨਤੀ ਗਿਣਤੀ ਅੱਜ ਹੋਣੀ ਆ, ਉਹ ਵੀ ਪ੍ਰੋਸੈਸ 'ਚ ਦੋਨੋਂ, ਇਹ ਜ਼ਰੂਰੀ ਸੀ ਅੱਗੇ ਫਾਰਵਰਡ ਕਰਨੀਆਂ ਸੀ। ਪੀਟਰ ਮੇਰਾ ਵੀਰ ਕੀ ਕਹੋ ਇਸ 'ਤੇ? ਲੈਟਰ ਮਹੱਲੇ ਦੀ ਸਮੱਸਿਆ ਜੀ ਕਪੂਰ ਸਾਹਿਬ, ਤੁਸੀਂ ਇਸ 'ਤੇ ਥੋੜ੍ਹਾ ਜਿਹਾ ਇਨੀਸ਼ੀਏਟਿਵ ਲਓ, ਤੁਸੀਂ ਮਿਹਨਤ ਕਰੋ ਅਤੇ ਮਹੱਲੇ ਵਾਲਿਆਂ ਦੀ ਜਿਹੜੀ ਸਮੱਸਿਆ ਦੂਰ ਹੋ ਜੂਗੀ। ਬਿਲਕੁਲ ਜੀ, ਬਿਲਕੁਲ ਕਪੂਰ ਸਾਹਿਬ, ਤੁਹਾਡਾ ਧੰਨਵਾਦ ਜੋ ਤੁਸੀਂ ਇਹਨਾਂ ਨਾਲ ਚੱਲ ਰਹੇ ਹੋ, ਅਤੇ ਮੇਰੇ ਖਿਆਲ 'ਚ ਤੁਹਾਡੀ ਗੱਲ ਸਾਰੇ ਮਹੱਲੇ ਤੋਂ ਪਹਿਲਾਂ ਸੁਣੀ ਜਾਣੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਸ ਨਾਲ ਕਾਰਵਾਈ ਪਾ ਰਹੇ ਹੋ, ਅਤੇ ਇਹਨਾਂ ਦਾ ਚਲੋ ਪ੍ਰੋਬਲਮ ਹੱਲ ਹੋ ਗਈ ਅਤੇ ਤੁਹਾਡੇ ਹੇਰੀ ਨਹੀਂ ਰਹਿਣਗੇ। ਮੈਂ ਆਪ ਜੀ ਸੁਣਾਉਣਾ ਤੁਹਾਡੀਆਂ ਨਿਬੰਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਐਪਲੀਕੇਸ਼ਨ CCP ਨਿਊਜ਼ ਨੂੰ ਬਾਈ ਨੇਮ ਕਰਕੇ ਭੇਜੀ ਸੀ ਤਾਂ ਕਰਮ ਸਿੰਘ ਨੇ, ਰਾਮ ਸ਼ਰਮਾ ਜੀ ਨੇ, ਸੁਖਚੈਨ ਜੀ ਨੇ, ਮਾਸੀ ਸੁਖਚੈਨ ਜੀ ਨੇ, ਹੋਰ ਇੱਥੋਂ ਦੇ ਨਿਵਾਸੀਆਂ ਨੇ, ਸਾਰਿਆਂ ਨੇ ਸਾਈਨ ਕਰਕੇ ਸੰਮਿਲਿਤ ਕਰਕੇ ਭੇਜੀ ਸੀ ਕਿ 1.5-2 ਸਾਲ ਤੋਂ ਸਾਡੇ ਜਿਹੜੇ ਖੰਭੇ ਆ ਤਾਰਾਂ ਦੇ ਨਹੀਂ ਪੁੱਟੇ ਗਏ। ਉਹ ਜਦੋਂ ਮੈਨੂੰ ਐਪਲੀਕੇਸ਼ਨ ਸਬਮਿਟਡ ਹੋਈ ਉੱਤੇ ਨੋਟਿੰਗ ਲਾ ਕੇ ਫਿਰ ਮੇਰੇ ਲੋਇਰ ਹਾਈਕੋਰਟ ਨੇ ਭੇਜੀ, ਇੱਥੇ ਲੋਇਰ ਜਿੰਨੀਆਂ ਵੀ ਐਪਲੀਕੇਸ਼ਨ ਆਉਂਦੀਆਂ ਨੇ ਉਹ ਮੇਰੇ ਹਾਈਕੋਰਟ ਦੇ ਲੋਇਰ ਵਰਕਆਊਟ ਕਰਕੇ ਅੱਗੇ ਫਾਰਵਰਡ ਕਰ ਦਿੰਦੇ ਜੀ। ਉਸ ਮੁਤਾਬਕ ਉਹ ਕੰਮ ਕਿੱਥੇ ਹੋਇਆ ਨਹੀਂ ਹੋਇਆ ਉਸ ਬਾਰੇ ਆਪਾਂ ਗੱਲ ਕਰਾਂਗੇ, ਕਿਉਂਕਿ ਕਰਮ ਸਿੰਘ ਜੀ ਉਹ ਜਿਹੜਾ ਕੰਮ ਸੀਗੀ ਸਾਡਾ ਹੋ ਗਿਆ, ਜਿਹੜੀ ਫਾਲਤੂ ਖੰਭੇ ਸੀਗੇ, ਗਲੀ ਭੀੜੀ ਸੀਗੀ ਅਤੇ ਉਹ ਫਾਲਤੂ ਖੰਭੇ ਪੱਟੇ ਗਏ, ਇੱਕ ਪਾਸੇ ਜਿਹੜੀ ਸਪਲਾਈ ਚੱਲਦੀ ਸੀ ਇੱਕ ਪਾਸੇ ਸਪਲਾਈ ਨਹੀਂ ਚੱਲਦੀ ਸੀ, ਖੰਭੇ ਟੇਢੇ ਵਿੰਗੇ ਹੋਏ ਸੀਗੇ ਅਤੇ ਉਹਦਾ ਮਤਲਬ ਖਤਰਾ ਹੀ ਸੀਗਾ, ਉਹ ਸਾਡਾ ਜਿਹੜਾ ਮਸਲਾ ਉਹ ਹੱਲ ਕਰਦਾ। ਕਿੰਨੀ ਦੇਰ, ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਮਾਥਾ ਖਵਾਈ ਕਰਦੇ ਹਾਂ? ਘੱਟ ਤੋਂ ਘੱਟ ਜੀ ਸਾਲ ਤਾਂ ਹੋ ਗਿਆ ਹੁਣ।
ਸਾਲ ਹੋ ਗਿਆ ਜਿਹੜਾ ਆਪਣਾ ਬਚਨ ਹੋਇਆ ਸੀ ਉਸ ਦਿਨ ਪੂਰਾ ਹੋ ਗਿਆ ਉਹ ਗੱਲਾਂ ਤਾਂ ਰਹਿ ਗਈਆਂ ਕੱਲੀਆਂ ਨਹੀਂ 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 ਸੱਚ ਕਹੀ ਸੀ ਪ੍ਰੈਕਟੀਕਲ ਵੇਖਾਂਗੇ ਨਹੀਂ ਨਹੀਂ ਸਹੀ ਮੇਰੀ ਗੱਲ ਤੇ ਖੁਸ਼ ਹੋ ਨਹੀਂ ਮਹੀਨੇ ਦੇ ਵਿੱਚ ਹੀ ਹੋ ਗਿਆ ਜੀ ਸਾਰਾ ਹੋ ਗਿਆ ਜੀ ਕੀ ਕਹੋਗੇ ਰਾਮ ਸ਼ਰਮਾ ਜੀ ਤੁਸੀਂ ਕਹਿੰਦੇ ਆ ਨਾ ਵੀ ਬਹੁਤ ਵਧੀਆ ਕੰਮ ਹੋ ਗਿਆ ਜੀ ਜਿਹੜਾ ਖੰਭੇ ਪੱਟੇ ਗਏ ਜੀ ਹਾਂਜੀ ਹੁਣ ਸਾਡੀ ਜੀ ਇੱਕ ਹੋਰ ਮੰਗ ਹੈ ਸਾਡੀ ਜੀ ਇੰਟਰਲੋਕ ਲਵਾ ਦਿਓ ਸਾਡੇ ਇਹਦੀ ਐਸਟੀਮੇਟ ਬਣ ਕੇ ਪਿਆਰਿਓ ਇਹਦਾ ਐਸਟੀਮੇਟ ਬਣ ਚੁੱਕਿਆ ਤੁਹਾਡੀ ਤਿੰਨ ਗਲੀਆਂ ਇੱਕ ਮੇਨ ਗਲੀ ਜਿਵੇਂ ਹਾਊਸ ਦੀ ਮੀਟਿੰਗ ਹੋਊਗੀ ਪਾਸ ਹੋਣੇ ਪੈਸੇ ਪਾਸ ਹੋ ਜਾਣੇ ਤੁਹਾਡੇ ਇਹ ਵੀ ਬਣ ਜਾਣੇ ਕੋਈ ਤੁਹਾਡਾ ਕੰਮ ਰਹਿੰਦਾ ਨੀ ਲੇਕਿਨ ਥਰੂ ਪ੍ਰੋਸੈਸ ਪ੍ਰੋਸੀਡਿੰਗ ਕਾਗਜ਼ੀ ਪੱਤਰੀ ਕੰਮ ਹੁੰਦਾ ਸਾਰਾ ਮੈਂ ਤਾਂ ਅੰਦਰ ਗਰਾਊਂਡ ਤੇ ਜਾ ਕੇ ਕੰਮ ਕਰਦਾ ਉਸ ਹੁੰਦਾ ਤੁਹਾਡਾ ਕੰਮ ਹੋ ਗਿਆ ਅੱਜ ਮੈਂ ਐਕਸਿੰਗ ਸਾਹਿਬ ਮਿਲੇ ਉੱਥੇ ਕੁਝ ਦਿਨ ਪਹਿਲਾਂ ਪੋਲੀ ਟੈਕਨੀਕਲ ਕਾਲਜ ਉਹ ਮੈਨੂੰ ਕਹਿੰਦੇ ਕਿ ਕੁਰ ਸਾਹਿਬ ਬਈ ਉਹ ਮਸਲਾ ਹੱਲ ਕਰਾਤਾ ਤੁਹਾਡਾ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਉਹ ਮੈਂ ਕਿਹਾ ਸਰ ਮੈਨੂੰ ਟਾਈਮ ਨਹੀਂ ਮਿਲਿਆ ਜਾਣ ਦਾ ਸੋ ਥੈਂਕ ਯੂ ਮੈਂ ਕਿਹਾ ਕਰਾਤਾ ਤਾਂ ਮੈਂ ਅੱਜ ਸਾਈਟ ਵੇਖਣ ਆਇਆ ਸੀ ਸਾਈਟ ਤੇ ਠੀਕ ਹੋ ਗਿਆ ਤੁਹਾਡਾ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਮੰਦੇ ਪ੍ਰੈਕਟੀਕਲੀ ਗੁਰੂ ਪਾਵਰ ਹੈਗੀ ਗੁਰੂ ਜੀ ਨਹੀਂ ਹੈ ਜੀ ਹੈ ਗੁਰੂ ਜੀ ਪਾਵਰ ਹੈ ਨਾ ਬਹੁਤ ਬਹੁਤ ਮਿਹਰਬਾਨੀ ਕਪੂਰ ਸਾਹਿਬ ਜਿੰਦਾਂ ਅਗਰ ਜਦੋਂ ਵੀ ਕਿਤੇ ਯਾਦ ਕਰੋਗੇ ਮੈਂ ਤੁਹਾਡੀ ਸੇਵਾ ਨਹੀਂ 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 ਠੀਕ ਹੈ ਨਾ ਜੀ ਕੀ ਕਹੋਗੇ ਹਾਂਜੀ ਇਸ ਸਮੱਸਿਆ ਦਾ ਸਮਾਧਾਨ ਦੇ ਕੀ ਕਹੋਗੇ ਦੋ ਸ਼ਬਦ ਤੁਹਾਡੇ ਰਹਿ ਗਏ ਇਕੱਲੇ ਖੰਬੇ ਬਾਰੇ ਢਿੱਲੋ ਕਲੋਨੀ ਫੇਸ 2 ਮਹੱਲੇ ਦੇ ਵਿੱਚ ਸਾਡੀ ਗਲੀ ਦੇ ਵਿੱਚ ਸਪੇਅਰ ਖੰਬੇ ਤੇ ਤਾਰਾਂ ਖੜੀਆਂ ਸੀ ਜਿਹੜੀਆਂ ਕਿ ਉਹ ਅਣਸਖਾਵੀ ਘਟਨਾ ਲਈ ਸੀਗੀਆਂ ਤਾਂ ਮਹੱਲੇ ਵੱਲੋਂ ਕਈ ਵਾਰ ਬਿਜਲੀ ਬੋਰਡ ਨੂੰ ਬੇਨਤੀ ਵੀ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ ਤਾਂ ਅਸੀਂ ਕਪੂਰ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਾਡੀ ਇਹ ਮਹੱਲੇ ਦੀ ਸਮੱਸਿਆ ਜਿਹੜੀ ਹੈਗੀ ਆ ਉਹ ਦੂਰ ਕਰਵਾਈ ਕਪੂਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਨਾਲ ਹੀ ਬਿਜਲੀ ਬੋਰਡ ਦੇ ਐਕਸ਼ਨ ਸਰਦਾਰ ਜਗਤਾਰ ਸਿੰਘ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਇੱਕ ਸਾਡੀ ਹੋਰ ਸਮੱਸਿਆ ਹੈਗੀ ਹੈ ਜੀ 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 ਉੱਥੇ ਖੰਭੇ ਲੱਗੇ ਸੀ ਜੀ ਫਾਲਤੂ ਜੀ ਡਬਲ ਸੀ ਇੱਕ ਉਧਰਲੇ ਪਾਸੇ ਖੰਭੇ ਸੀ ਗਲੀ ਦੇ ਉਧਰਲੇ ਪਾਸੇ ਸੀ ਕਿੰਨੇ ਸਾਲਾਂ ਦੇ ਇਹ ਤਾਂ ਮੈਂ ਹਲੇ ਵੀ ਘੱਟੋ ਘੱਟ 10-15 ਸਾਲ ਦੇ ਸੀ ਜੀ ਇਹ ਸਾਲ ਡੇਢ ਸਾਲ ਹੋ ਗਿਆ ਸਾਡੇ ਫ੍ਰੀ ਸੀ ਬਿਲਕੁਲ ਤਾਰਾਂ ਇੱਥੇ ਕੋਈ ਉਹੀ ਟੰਗੀਆਂ ਪਈਆਂ ਸੀ ਤਾਰਾਂ ਅਤੇ ਡਰ ਸੀਗਾ ਵੀ ਕਿਤੇ ਡਿੱਗ ਪਈ ਅਤੇ ਕਿਸੇ ਦਾ ਕੋਈ ਨੁਕਸਾਨ ਹੋਊਗਾ ਪਰ ਅਸੀਂ ਕਪੂਰ ਸਾਹਿਬ ਨੂੰ ਬੇਨਤੀ ਕੀਤੀ ਅਤੇ ਇਹਨਾਂ ਨੇ ਸਾਡੀ ਇਹ ਬੇਨਤੀ ਪ੍ਰਵਾਨ ਕਰਕੇ ਸਾਡੇ ਖੰਭੇ ਪਟਵਾਤੇ ਹੈ ਜੀ ਅਸੀਂ ਕਪੂਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਔਰ ਮਾਲਕ ਕਦੀ ਵੀ ਹੰਕਾਰ ਨਾ ਕਰਾਵੇ ਕਰਨਾ ਤਰੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆਪ ਦਾ ਬਹੁਤ ਬਹੁਤ ਮਿਹਰਬਾਨੀ ਜੀ।